ਸਤਿ ਸ਼੍ਰੀ ਅਕਾਲ ਜੀ, ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡੇ ਨਾਲ ਤਮੰਨਾ ਅਰੋੜਾ। ਇਹ ਖਬਰ ਨਾਭਾ ਤੋਂ, ਜਿੱਥੇ ਨਾਭਾ ਦੇ ਵਿੱਚ ਸਫਾਈ ਅਭਿਆਨ ਛੇੜਿਆ ਗਿਆ ਹੈ। ਅਤੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਆਪ ਮੌਕੇ 'ਤੇ ਜਾ ਕੇ ਨਾਲਿਆਂ ਦੀ ਸਫਾਈ ਕਰਦੇ ਹੋ ਨਜ਼ਰ ਆਏ। ਅਤੇ ਨਜ਼ਰ ਪਾਉਣ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਇੱਕ ਵਿਧਾਇਕ ਜ਼ਮੀਨੀ ਪੱਧਰ 'ਤੇ ਉਤਰ ਕੇ ਜਿਹੜਾ ਨਾਲਿਆਂ ਦੀ ਸਫਾਈ ਕਰ ਰਿਹਾ ਹੈ, ਅਤੇ ਲੋਕ ਵੀ ਕਾਫੀ ਜ਼ਿਆਦਾ ਪ੍ਰੇਰਿਤ ਹੋ ਰਹੇ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤੇ ਗਏ ਨੇ, ਜਿਸ ਦੇ ਤਹਿਤ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਰਹਿਨੁਮਾਈ ਹੇਠ ਪਿੰਡਾਂ ਅਤੇ ਸ਼ਹਿਰਾਂ ਦੀਆਂ ਨਾਲੀਆਂ ਦੀ ਸਫਾਈ ਜੰਗੀ ਪੱਧਰ 'ਤੇ ਸ਼ੁਰੂ ਕੀਤੀ ਗਈ। ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਪਹਿਲਾਂ ਆਪ ਕਹੀਂ ਫੜ ਕੇ ਨਾਲੇ ਦੇ ਵਿੱਚੋਂ ਗੰਦਗੀ ਕੱਢਦੇ ਨਜ਼ਰ ਆਏ। ਵਿਧਾਇਕ ਨੂੰ ਦੇਖ ਕੇ ਲੋਕ ਵੀ ਕਾਫੀ ਹੈਰਾਨ ਰਹੇ ਅਤੇ ਲੋਕ ਕਾਫੀ ਉਹਨਾਂ ਦੀ ਤਾਰੀਫ ਵੀ ਕਰਦੇ ਨਜ਼ਰ ਆਏ। ਲੋਕ ਕਾਫੀ ਜ਼ਿਆਦਾ ਉਹਨਾਂ ਤੋਂ ਪ੍ਰੇਰਿਤ ਵੀ ਹੋਏ ਨੇ। ਲੋਕਾਂ ਦਾ ਕਹਿਣਾ ਸੀ ਕਿ 50 ਸਾਲਾਂ ਦੇ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਸਫਾਈ ਦੇਖਣ ਨੂੰ ਮਿਲੀ ਹੈ ਕਿ ਜੋ ਕਿ ਸਰਕਾਰ ਖੁਦ ਜ਼ਮੀਨ 'ਤੇ ਆ ਕੇ ਖੁਦ ਜ਼ਮੀਨੀ ਪੱਧਰ 'ਤੇ ਸਫਾਈ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਕਦਮ ਅੱਗੇ ਵਧਾਇਆ ਅਤੇ ਨਾਲਿਆਂ ਤੋਂ ਵਿਧਾਇਕ ਖੁਦ ਸਫਾਈ ਕਰ ਰਹੇ ਨੇ। ਉੱਧਰ ਹੀ ਵਿਧਾਇਕ ਦੇ ਵੱਲੋਂ ਵੀ ਕਿਹਾ ਗਿਆ ਕਿ ਸਾਡਿਆਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਸ਼ਹਿਰ ਨੂੰ ਆਪਣੇ ਪਿੰਡਾਂ ਨੂੰ ਸਾਫ਼ ਰੱਖਣਾ, ਕਿਉਂਕਿ ਜਿੱਥੇ ਅਸੀਂ ਰਹਿਣਾ ਜੇਕਰ ਉੱਥੇ ਗੰਦਗੀ ਹੋਵੇਗੀ, ਗੰਦਗੀ ਦੇ ਨਾਲ ਬਿਮਾਰੀਆਂ ਆਉਣਗੀਆਂ, ਜਿਸ ਕਰਕੇ ਲੋਕਾਂ ਨੂੰ ਹੀ ਪਰੇਸ਼ਾਨੀ ਹੋਵੇਗੀ। ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਨੇ ਉਹਨਾਂ 'ਤੇ ਭਰੋਸਾ ਜਿਤਾ ਕੇ ਉਹਨਾਂ ਨੂੰ ਜਿੱਤ ਦਵਾਈ ਹੈ ਅਤੇ ਹੁਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ।